ਸਸ ਸਗਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ ਡੀਸੀ ਦਫ਼ਤਰ ਦੇ ਵਿੱਚ ਭਰਤੀ ਜਿਹੜੀ ਹੈ ਜੂਲਾਈ ਮੰਨ ਦੀ ਆਊਟ ਕਰ ਦਿੱਤੀ ਗਈ ਹੈ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮੈਂ ਅੱਗੇ ਤੁਹਾਨੂੰ ਲਿੰਕ ਵੀ ਦਵਾਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਔਰ ਈਵਨ ਕਿ ਨੋਟੀਫਿਕੇਸ਼ਨ ਦੀ ਪੂਰੀ ਜਾਣਕਾਰੀ ਆਪਾਂ ਨੋਟੀਫਿਕੇਸ਼ਨ ਦੇ ਉੱਤੇ ਜਾ ਕੇ ਹੀ ਡਿਸਕਸ ਕਰਾਂਗੇ ਸੋ ਇਹ ਸਿੱਧੀ ਡਾਇਰੈਕਟ ਭਰਤੀ ਹੈ ਜੀ ਇਸ ਦੇ ਵਿੱਚ 5 ਅਗਸਤ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਅਲੱਗ-ਅਲੱਗ ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦੇ ਪੂਰੀ ਜਾਣਕਾਰੀ ਅੱਗੇ ਵੀਡੀਓ ਵਿੱਚ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਵੀਡੀਓ ਨੂੰ ਐਂਡ ਤੱਕ ਦੇਖਦੇ ਹੋਏ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਦੇਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣ ਤੇ ਸਮਾਂ ਰਹਿੰਦੇ ਤੁਸੀਂ ਇਹਨਾਂ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਤੁਸੀਂ ਗੂਗਲ ਜਾ ਕੇ ਟਾਈਪ ਕਰਨਾ ਜੀ meetacademy.xyz ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ jdg ਜੀ ਮ ਕਰ ਸਕਦੇ ਹਾਂ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਹੈ ਜੀ ਉਹ ਦੇਖ ਪਾ ਰਹੇ ਹੋ ਇਹ ਐਪਲੀਕੇਸ਼ਨ ਫਾਰਮ ਦਾ ਤੁਸੀਂ ਪ੍ਰਿੰਟ ਆਊਟ ਲੈ ਲੈਣਾ ਹੈ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਦੇਵਾਂਗਾ ਐਪਲੀਕੇਸ਼ਨ ਫਾਰਮ ਜਿਹੜਾ ਹੈ ਨੋਟੀਫਿਕੇਸ਼ਨ ਦੇ ਨਾਲ ਹੀ ਪੀਡੀਐਫ ਫਾਰਮੈਟ ਚ ਅਟੈਚ ਕੀਤਾ ਹੋਇਆ ਹੈ ਨਾ ਇਹਦਾ ਕਲੀਅਰ ਪ੍ਰਿੰਟ ਆਊਟ ਲੈਣਾ ਹੈ ਔਰ ਇਹਨੂੰ ਕੈਪੀਟਲ ਵਰਡਸ ਦੇ ਵਿੱਚ ਫਿਲ ਕਰਨਾ ਹੋਵੇਗਾ ਜੀ ਤੁਸੀਂ ਸਭ ਤੋਂ ਪਹਿਲੇ ਇੱਕ ਰੀਸੈਂਟਲੀ ਖਿਚਵਾਈ ਹੋਈ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਉਂਗੇ ਤੁਸੀਂ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਪੋਸਟ ਦਾ ਨਾਮ ਆਪਣਾ ਨਾਮ ਕੈਪੀਟਲ ਵਰਡਸ ਦੇ ਵਿੱਚ ਡੇਟ ਆਫ ਬਰਥ ਤੁਸੀਂ ਇੱਥੇ ਮੈਂਸ਼ਨ ਕਰੋਗੇ ਜੈਂ ਪੋਸਟਲ ਐਡਰੈਸ ਕੰਟੈਕਟ ਨੰਬਰ ਦੇ ਨਾਲ ਤੁਸੀਂ ਲਿਖੋਗੇ ਜਿਹੜਾ ਕਿ ਵਰਕਿੰਗ ਕੰਡੀਸ਼ਨ ਚ ਹੋਵੇ ਈਮੇਲ ਐਡਰੈਸ ਕੈਟਾਗਰੀ ਤੇ ਤੁਹਾਡੀ ਕੁਆਲਿਫੀਕੇਸ਼ਨ ਤੇ ਐਕਸਪੀਰੀਅੰਸ ਅਗਰ ਕੋਈ ਹੈਗਾ ਉਹ ਤੁਸੀਂ ਮੈਂਸ਼ਨ ਨੀਚੇ ਕਰ ਸਕਦੇ ਹੋ ਤੇ ਜਿਹੜੇ ਜਿਹੜੇ ਡਾਕੂਮੈਂਟ ਤੁਸੀਂ ਨਾਲ ਅਟੈਚ ਕਰ ਰਹੇ ਹੋ ਉਹ ਡਾਕੂਮੈਂਟ ਤੁਸੀਂ ਇੱਥੇ ਲਿਖੋਗੇ ਠੀਕ ਹੈ 1 ਬਾਈ 1 ਜਿੰਨੇ ਵੀ ਤੁਸੀਂ ਕਰ ਰਹੇ ਹੋ ਵੱਧ ਤਾਂ ਵੱਧ ਵੀ ਲਿਖ ਸਕਦੇ ਹੋ ਤੇ ਜਿਹੜੇ ਰੈਲੇਵੈਂਟ ਹੋਣਗੇ ਉਹੀ ਡਾਕੂਮੈਂਟ ਤੁਸੀਂ ਸ਼ੇਅਰ ਕਰਨੇ ਲਾਸਟ ਵੀ ਡੈਕਲੇਰੇਸ਼ਨ ਦੇਣੀ ਹੈ ਔਰ ਇਹ ਵਾਲਾ ਪੋਰਸ਼ਨ ਜਿਹੜਾ ਜੀ ਉਹ ਨੀਚੇ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਹ ਵਾਲਾ ਇਹ ਆਫਿਸ ਪੜ ਰਹੇ ਹੋ ਫੋਮ ਉਹਰੇ ਨਾਲ ساری ਡਾਕੂਮੈਂਟ ਅਟੈਚ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸ਼ੇਅਰ ਤੁਸੀਂ ਕਰ ਦੇਣਾ ਹੈ ਤਾਂ ਮੈਂ ਅਸੀਂ ਗੱਲ ਕਰ ਲੈਨੇ ਕਿਹੜੀ ਕਿਹੜੀ ਪੋਸਟ ਜਿਹੜੀ ਜੂ ਆਊਟ ਕੀਤੀ ਗਈ ਹੈ ਇਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਸੈਂਟਰ ਐਡਮਿਨਿਸਟਰੇਟਰ ਦੀ ਇੱਕ ਪੋਸਟ ਹੈ ਜਿਸਦੇ ਵਿੱਚ ਤੁਹਾਡੀ ਸੈਲਰੀ 25000 ਜਿਹੜੀ ਹੈ ਜੀ ਰਹਿਣ ਵਾਲੀ ਹੈ ਔਰ ਇਸ ਦੇ ਵਿੱਚ ਇਹਨਾਂ ਨੇ ਐਨੀ ਫੀਮੇਲ ਜਿਹਨਾਂ ਲਾ ਡਿਗਰੀ ਮਾਸਟਰ ਸੋਸ਼ਲ ਵਰਕ ਦੇ ਵਿੱਚ ਕੀਤੀ ਹੋਈ ਹੈ ਏਟਲੀਸਟ 5 ਸਾਲ ਦਾ ਐਕਸਪੀਰੀਅੰਸ ਹੈਗਾ ਇਹਨਾਂ ਨੂੰ ਵਾਇਲੈਂਸ ਅਗੇਂਸਟ ਊਮਨ ਇਸ਼ੂਜ਼ ਦੇ ਵਿੱਚ ਐਡਮਿਨਿਸਟ੍ਰੇਟਿਵ ਸਟੈਟਅਪ ਦੇ ਵਿੱਚ ਕਿਸੇ ਵੀ ਗਵਰਨਮੈਂਟ ਜਾਂ ਨਾਨ ਗਵਰਨਮੈਂਟ ਪ੍ਰੋਜੈਕਟ ਦੇ ਵਿੱਚ ਜਾਂ ਪ੍ਰੋਗਰਾਮ ਦੇ ਅੰਡਰ ਕੰਮ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਡਿਗਰੀ ਲਾ ਜਾਂ ਮਾਸਟਰਸ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ ਪੰਜਾਬ ਦੇ ਰੈਜ਼ੀਡੈਂ 15000 ਪਰ ਮਹਤਵ ਦਿੱਤੀ ਜਾਏਗੀ ਜੀ ਲਾਰਡ ਨੇ ਡਿਗਰੀ ਮਾਸਟਰ ਸੋਸ਼ਲ ਵਰਕ ਦੇ ਵਿੱਚ ਕੀਤੀ ਹੈ ਐਟ ਲੀਸਟ 3 ਸਾਲ ਦਾ ਐਕਸਪੀਰੀਅੰਸ ਹੈਗਾ ਜੋ ਕਿ ਵਰਕਿੰਗ ਔਨ ਵਾਇਲੈਂਸ ਅਗੇਂਸਟ ਊਮਨ ਇਸ਼ੂਸ ਦੇ ਉੱਪਰ ਜਾਂ ਨਾਨ ਗਵਰਨਮੈਂਟ ਜਾਂ ਗਵਰਨਮੈਂਟ ਕਿਸੇ ਵੀ ਅਧਾਰੇ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਵੀ ਕੰਮ ਕੀਤਾ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਕੈਂਡੀਡੇਟ ਪੰਜਾਬ ਦੇ ਰੈਜ਼ੀਡੈਂਟ ਹੋਣਾ ਜ਼ਰੂਰੀ ਹੋਏਗਾ ਜੀ ਉਸ ਤੋਂ ਬਾਅਦ ਕਾਉਂਸਲਰ ਦੀ ਇੱਕ ਵੈਕੈਂਸੀ ਹੈ 15000 ਪਰ ਮਹੀਨ ਦਿੱਤੀ ਜਾਏਗੀ ਜਿਨ੍ਹਾਂ ਨੇ ਮਾਸਟਰਸ ਕੀਤੀ ਹੋਈ ਸੋਸ਼ਲ ਵਰਕ ਦੇ ਵਿੱਚ ਉਹ ਸਿੱਧਾ ਅਪਲਾਈ ਕਰ ਸਕਦੇ ਨੇ ਜਾਂ ਫਿਰ ਕਲੀਨਿਕਲ ਸਾਈਕੋਲੋਜੀ ਦੇ ਵਿੱਚ ਰੈ ਦਾ ਸੇਗਤ ਕਿਸ ਨੇ ਸਾਈਕੋਥੈਰਾਪਿਸਟ ਦੀ ਜਿਹੜੀ ਰਿਪਿਊਟਡ ਮੈਂਟਲ ਹੈਲਥ ਇੰਸਟੀਟਿਊਟ ਵਿੱਚ ਕੰਮ ਕੀਤਾ ਹੋਇਆ ਐਜ਼ ਅ ਕਾਉਂਸਲਰ ਤਾਂ ਉਹ ਕੰਮ ਇਹਦੇ ਲਈ ਅਪਲਾਈ ਕਰ ਸਕਦੇ ਨੇ ਸੋ ਇਸ ਦੇ ਵਿੱਚ ਮਾਸਟਰਸ ਜਿਹਨਾਂ ਨੇ ਕੀਤੀ ਹੋਈ ਸੋਸ਼ਲ ਵਰਕ ਜ ਉਹਨਾਂ ਨੂੰ ਕਨਸੀਡਰ ਫਰਸਟ ਪ੍ਰਾਇੋਰਟੀ ਦੇ ਕੀਤਾ ਜਾਏਗਾ ਜੀ ਫੀਮੇਲ ਕੈਂਡੀਡੇਟ ਜਿਹੜੇ ਨੇ ਉਹ ਇਹਦੇ ਲਈ ਪ੍ਰੇਫਰੇਬਲ ਨੇ ਸੋ ਇਹਦੇ ਲਈ ਉਸ ਤੋਂ ਬਾਅਦ ਅਪਲਾਈ ਤੁਸੀਂ ਕਿੱਦਾਂ ਕਰਨਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਤੁਹਾਨੂੰ ਦਿੱਤਾ ਹੀ ਹੋਇਆ ਹੈ ਜੀ ਤੁਸੀਂ ਇਹਦੇ ਲਈ ਅਪਲਾਈ ਜ਼ਰੂਰ ਕਰ ਲੈਣਾ ਸੋ ਇਹ ਨੋਟੀਫਿਕੇਸ਼ਨ ਜਿਹੜਾ ਕੁਆਲਿਫਿਕੇਸ਼ਨ ਜਿਹੜੀ ਸਖੀ ਵਨ ਸਟਾਪ ਸੈਂਟਰ ਪਟਿਆਲਾ ਵੱ ਕਰਨਾ ਹੈ ਜੀ ਬਾਕੀ ਸਾਰੀ ਡਿਟੇਲ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜਿੱਦਾਂ ਕਿ ਏਜ 21 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਨੇ ਤਾਂ ਇਸ ਦੇ ਵਿੱਚ ਸਿਲੈਕਸ਼ਨ ਜਿਹੜੀ ਹੈ ਜੀ ਉਹ ਮੈਰਿਟ ਬੇਸ ਤੇ ਹੋਏਗੀ ਜੋ ਕਿ ਰੈਲੇਵੈਂਟ ਐਕਸਪੀਰੀਅੰਸ ਇਹਨਾਂ ਨੂੰ ਹੋਏਗਾ ਉਹਨਾਂ ਨੂੰ ਹੀ ਐਲੀਜੀਬਲ ਕੰਸੀਡਰ ਜਿਹੜਾ ਕੀਤਾ ਜਾਏਗਾ ਸੋ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਤਾਂ ਤੁਸੀਂ ਇਸ ਦੇ ਲਈ ਅਪਲਾਈ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਆਪਣੇ ਫਰੈਂਡ ਸਰਕਲਸ ਦੇ ਵਿੱਚ ਤਾਂ ਕਿ ਜਿਹੜੇ ਕੈਂਡੀਡੇਟ ਐਲੀਜੀਬਲ ਨਹੀਂ ਆ ਤੁਸੀਂ ਅਬ ਤੁਸੀਂ ਅਪਲਾਈ ਨਹੀਂ ਕਰ ਪਾਰੇ ਤਾਂ ਉਹ ਅਪਲਾਈ ਜ਼ਰੂਰ ਕਰ ਪਾਣਗੇ ਤੋਂ ਉਹਨਾਂ ਦੀ ਅਪਲਾਈ ਕਰਨ ਦੇ ਲਈ ਲਿੰਕ ਸ਼ੇਅ तात तक देली धनवाद